ਜੀ ਪਿਆਰਿਓ, ਅਸਲਾਮੁ ਅਲੈਕੁਮ ਵਰਹਿਮਤੁਲਾਹਿ ਵਬਰਕਾਤਹੁ। ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ ਸਾਰੇ? ਉਮੀਦ ਅੱਲਾਹ ਤਾਲਾ ਦੇ ਹੁਕਮ ਦੇ ਨਾਲ ਇਨਸ਼ਾ ਅੱਲਾਹ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਦੇ ਵਲੌਗ ਦੇ ਵਿੱਚ ਮੈਂ ਤੁਹਾਨੂੰ ਪਾਕਿਸਤਾਨ ਦੇ ਮਸ਼ਹੂਰ ਗੁਲੂਕਾਰ ਸ਼ਹਿਨਸ਼ਾਹ ਗਜ਼ਲ ਮਹਿੰਦੀ ਹਸਨ ਸਾਹਿਬ ਦਾ ਇੱਕ ਐਸਾ ਗਾਣਾ ਜਿਹੜਾ ਵਹੀਦ ਮੁਰਾਦ ਦੇ ਉੱਤੇ ਫਰਮਾਇਆ ਗਿਆ ਸੀ, ਔਰ ਉਸ ਗਾਣੇ ਨੂੰ ਬਾਰ ਬਾਰ ਫਰਮਾਇਸ਼ ਕਰਕੇ ਅਦਾਕਾਰ ਦਲੀਪ ਕੁਮਾਰ ਸਾਹਿਬ ਮਹਿੰਦੀ ਹਸਨ ਸਾਹਿਬ ਕੋਲੋਂ ਸੁਣਦੇ ਹੁੰਦੇ ਸੀ, ਔਰ ਉਹਨਾਂ ਦੇ ਤਾਲੁਕਾਤ ਕਿਸ ਤਰ੍ਹਾਂ ਸੀ ਔਰ ਕਿਸ ਤਰ੍ਹਾਂ ਇੱਕ ਦੂਜੇ ਨੂੰ ਚਾਹੁੰਦੇ ਹੁੰਦੇ ਸੀ, ਉਸ ਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਲਓ ਜੀ, ਜੇ ਚੈਨਲ 'ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ। ਤੁਹਾਡੀਆਂ ਮੁਹੱਬਤਾਂ ਦਾ ਬੜਾ ਸ਼ੁਕਰੀਆ। ਨਾਲ ਨਾਲ ਯਾਰ ਚੈਨਲ ਨੂੰ ਜਿਹੜਾ ਨਾ ਸਬਸਕ੍ਰਾਈਬ ਕਰਕੇ ਉਸਨੂੰ ਵੇਖਿਆ ਵੀ ਕਰੋ, ਨਾਲ ਨਾਲ ਘੰਟੀ ਦੇ ਬਟਨ ਨੂੰ ਵੀ ਦਬਾ ਦਿਆ ਕਰੋ, ਔਰ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਏਗੀ ਉਹਦਾ ਨੋਟੀਫਿਕੇਸ਼ਨ ਜਿਹੜਾ ਹੋਏਗਾ ਉਹ ਤੁਹਾਡੇ ਕੋਲ ਪਹੁੰਚ ਜਾਏਗਾ। ਇਸ ਤਰ੍ਹਾਂ ਤੁਸੀਂ ਮੇਰੇ ਨਾਲ ਜੁੜੇ ਰਹਿ ਸਕਦੇ ਹੋ। ਮੁਹੱਬਤਾਂ ਵੰਡਣ ਦਾ ਬਹੁਤ ਬਹੁਤ ਸ਼ੁਕਰੀਆ, ਔਰ ਬੜੀ ਮਿਹਰਬਾਨੀ ਕਿ ਤੁਸੀਂ ਕੀਮਤੀ ਟਾਈਮ ਕੱਢ ਕੇ ਮੇਰੀ ਵੀਡੀਓ ਨੂੰ ਵੇਖਦੇ ਹੋ। ਸ਼ਹਿਨਸ਼ਾਹ ਗਜ਼ਲ ਮਹਿੰਦੀ ਹਸਨ ਸਾਹਿਬ ਬਹੁਤ ਬੜਾ ਨਾਮ ਆ। ਤਕਰੀਬਨ ਇਹਨਾਂ ਨੇ 25,000 ਫਿਲਮੀ ਗੈਰ ਫਿਲਮੀ ਗਾਣੇ ਗਾਏ ਨੇ, ਬਹੁਤ ਤਾਦਾਦ ਆ ਗਾਣਿਆਂ ਦੀ, 25,000। ਇਹ ਸੰਨ 1927 'ਚ ਪੈਦਾ ਹੋਏ ਸੀ ਔਰ ਸੰਨ 2012 'ਚ ਅੱਲਾਹ ਨੂੰ ਪਿਆਰੇ ਹੋ ਗਏ ਸੀ। ਇਹ ਜਿਸ ਵੇਲੇ ਫੌਤ ਹੁੰਦੇ ਨੇ ਉਸ ਵੇਲੇ ਇੰਡੀਆ ਦੇ ਦਲੀਪ ਕੁਮਾਰ ਸਾਹਿਬ ਨੇ ਆ ਕੇ ਮੀਡੀਆ 'ਤੇ ਇੰਟਰਵਿਊ ਦਿੱਤਾ। ਉਸ ਇੰਟਰਵਿਊ ਦੀ ਸਾਰੀ ਤਫਸੀਲਾਤ ਇਹ ਸੀ ਕਿ ਉਹ ਦੱਸਦੇ ਨੇ ਕਿ ਜਦੋਂ ਵੀ ਮਹਿੰਦੀ ਹਸਨ ਸਾਹਿਬ ਇੰਡੀਆ 'ਚ ਆਉਂਦੇ ਹੁੰਦੇ ਸੀ ਉਹ ਸਿਰਫ ਮੇਰੇ ਕੋਲ ਆ ਕੇ ਠਹਿਰਦੇ ਹੁੰਦੇ ਸੀ, ਹਾਲਾਂਕਿ ਲਤਾ ਜੀ ਵੀ ਬਹੁਤ ਉਹਨਾਂ ਦੀ ਫੈਨ ਸੀ, ਉਹਨਾਂ ਦੀ ਚਾਹਣੇ ਵਾਲਿਆਂ ਦੇ ਵਿੱਚੋਂ ਸੀ, ਲੇਕਿਨ ਲਤਾ ਜੀ ਵੀ ਸ਼ਿਕਾਇਤ ਕਰਦੀਆਂ ਨੇ ਕਿ ਜਦੋਂ ਵੀ ਗੁਲੂਕਾਰ ਮਹਿੰਦੀ ਹਸਨ ਸਾਹਿਬ ਇੰਡੀਆ ਆਉਂਦੇ ਸੀ ਆ ਕੇ ਅਤੇ ਆਪਣੇ ਦਲੀਪ ਕੁਮਾਰ ਸਾਹਿਬ ਦੇ ਘਰ ਹੀ ਠਹਿਰਦੇ ਸੀ। ਦਲੀਪ ਕੁਮਾਰ ਸਾਹਿਬ ਦਾ ਅਸਲ ਨਾਮ ਯੂਸਫ ਖਾਨ ਸੀ, ਉਹ ਦਲੀਪ ਕੁਮਾਰ ਜਿਹੜਾ ਉਹ ਫਿਲਮੀ ਨਾਮ ਸੀ, ਅਤੇ ਉਹ ਇੱਕ ਦੂਜੇ ਨੂੰ ਇਸ ਤਰ੍ਹਾਂ ਚਾਹੁੰਦੇ ਹੁੰਦੇ ਸੀ। ਉਹ ਦੱਸਦੇ ਸੀ ਕਿ ਜਿਸ ਵੇਲੇ ਵੀ ਜਿਹੜਾ ਵਹੀਦ ਮੁਰਾਦ 'ਤੇ ਗਾਣਾ ਫਰਮਾਇਆ ਗਿਆ ਸੀ ਮਹਿੰਦੀ ਹਸਨ ਦੀ ਆਵਾਜ਼ ਦੇ ਵਿੱਚ ਸੀ, ਮਹਿੰਦੀ ਹਸਨ ਸਾਹਿਬ ਜਦੋਂ ਵੀ ਇੰਡੀਆ ਆਉਂਦੇ ਸੀ ਅਸੀਂ ਡਰਾਇੰਗ ਰੂਮ 'ਚ ਬਹਿੰਦੇ, ਬੈਠਕ ਵਗੈਰਾ 'ਚ ਜਦੋਂ ਕਿਤੇ ਕਮਰੇ 'ਚ ਬਹਿ ਜਾਂਦੇ ਸੀ ਜਾਂ ਕਿਤੇ ਚਹਿਲ ਕਦਮੀ ਟੁਰਨ ਫਿਰਨ ਵਾਸਤੇ ਬਾਹਰ ਚਲੇ ਜਾਂਦੇ ਸੀ ਜਾਂ ਕਿਸੇ ਬਾਗ ਦੇ ਵਿੱਚ ਸੈਰ ਕਰਨ ਲੱਗ ਜਾਂਦੇ ਸੀ ਅਤੇ ਅਸੀਂ ਇੱਕ ਦੂਜੇ ਦਾ ਹੱਥ ਪਕੜ ਲੈਂਦੇ ਸੀ ਅਤੇ ਹੱਥ ਪਕੜ ਕੇ ਅਤੇ ਅਸੀਂ ਇਹ ਗਾਣਾ ਫਿਰ ਦੋਨੋਂ ਗੁਣਗੁਣਾਉਂਦੇ ਹੁੰਦੇ ਸੀ। ਔਰ ਮੈਂ ਮਹਿੰਦੀ ਹਸਨ ਸਾਹਿਬ ਨੂੰ ਰਿਕੁਐਸਟ ਵੀ ਕਰਦਾ ਹੁੰਦਾ ਸੀ ਕਿ ਇਹ ਜਿਹੜਾ ਗਾਣਾ ਤੁਸੀਂ ਅਦਾਕਾਰ ਵਹੀਦ ਮੁਰਾਦ ਦੇ ਉੱਤੇ ਫਿਲਮ ਤੁਰਾਹੇ ਦੇ ਵਿੱਚ 1976 ਦੇ ਵਿੱਚ ਫਰਮਾਇਆ ਗਿਆ ਸੀ, ਇਹ ਗਾਣਾ ਤੁਸੀਂ ਮੈਨੂੰ ਸੁਣਾਓ। ਉਹ ਗਾਣਾ ਇਹ ਸੀ, ਉਹ ਗਾਣਾ ਵੀ ਮੈਂ ਤੁਹਾਨੂੰ ਸੁਣਾਉਂਦਾ, ਲੇਕਿਨ ਉਹ ਤੁਸੀਂ ਗਾਣਾ ਪਹਿਲਾਂ ਵੀ ਸੁਣਿਆ, ਦੁਬਾਰਾ ਵੀ ਸੁਣ ਲਓ। ਮੁਝੇ ਤੁਮ ਨਜ਼ਰ ਸੇ ਗਿਰਾ ਤੋ ਰਹੇ ਹੋ, ਅਤੇ ਉਹ ਗਾਣਾ ਸੁਣ ਲਓ। ਇਹ ਗਾਣਾ ਇੰਨਾ ਯਾਨੀ ਫਰਮਾਇਸ਼ ਦੇ ਨਾਲ ਉਹ
ਮਹਿੰਦੀ ਹਸਨ ਸਾਹਿਬ ਕੋਲੋਂ ਸੁਣਦੇ ਹੁੰਦੇ ਸੀ, ਮੁਝੇ ਤੁਮ ਨਜ਼ਰ ਸੇ ਗਿਰਾ ਤੋਂ ਨਹੀਂ ਰਹੇ ਹੋ। ਅਤੇ ਉਹ ਦੱਸਦੇ ਨੇ ਕਿ ਜਿਸ ਵੇਲੇ ਵੀ ਇੰਡੀਆ ਦੇ ਵਿੱਚ ਆਉਂਦੇ ਹੁੰਦੇ ਸੀ, ਅਸੀਂ ਬੰਨ ਸਵੰਨੇ ਮੁਖਤਲਿਫ ਕਿਸਮ ਦੇ ਖਾਣੇ ਉਹਨਾਂ ਵਾਸਤੇ ਤਿਆਰ ਕਰਦੇ ਹੁੰਦੇ ਸੀ ਔਰ ਮਹਿਫਲ ਜਮਾਉਂਦੇ ਹੁੰਦੇ ਸੀ। ਉਸ ਮਹਿਫਲ ਦੇ ਵਿੱਚ ਸਿਰਫ ਸਾਇਰਾ ਬਾਨੋ ਔਰ ਦਲੀਪ ਕੁਮਾਰ ਔਰ ਮਹਿੰਦੀ ਹਸਨ ਤਿੰਨੇ ਹੁੰਦੇ ਸੀ, ਅਤੇ ਬਾਕੀ ਜਿਹੜੇ ਵੀ ਕੋਈ ਮਹਿਮਾਨ ਜਾਂਦੇ ਹੁੰਦੇ ਸੀ ਆਪਣੇ ਮਹਿੰਦੀ ਹਸਨ ਸਾਹਿਬ ਦੇ ਨਾਲ, ਉਹ ਪਤਾ ਨਹੀਂ ਹੁਣ ਮਹਿਫਲ 'ਚ ਸ਼ਾਮਿਲ ਹੁੰਦੇ ਸੀ ਜਾਂ ਨਹੀਂ। ਬਹਿਰਹਾਲ ਦੱਸਦੇ ਇਹ ਨਹੀਂ ਕਿ ਜਦੋਂ ਵੀ ਖਾਣੇ ਦੀ ਮਹਿਫਲ ਹੁੰਦੀ ਸੀ ਉਸ ਮਹਿਫਲ ਦੇ ਵਿੱਚ ਸਿਰਫ ਤਿੰਨ ਹੀ ਹੁੰਦੇ ਸੀ, ਸਾਇਰਾ ਬਾਨੋ, ਦਲੀਪ ਕੁਮਾਰ ਔਰ ਮਹਿੰਦੀ ਹਸਨ ਸਾਹਿਬ। ਇਹ ਬੜੀ ਯਾਨੀ ਇੱਕ ਇੰਟਰਸਟਿੰਗ ਸਟੋਰੀ ਆ ਕਿ ਇੰਨਾ ਪਿਆਰ ਕਰਦੇ ਸੀ ਇੰਡੀਆ ਦੇ ਜਿਹੜੇ ਅਦਾਕਾਰ ਦਲੀਪ ਕੁਮਾਰ ਸਾਹਿਬ ਸੀ। ਪਾਕਿਸਤਾਨ ਦੇ ਵਿੱਚ ਵੀ ਬੜੇ ਲੋਕ ਉਹਨੂੰ ਚਾਹਣੇ ਵਾਲੇ ਨੇ, ਲੇਕਿਨ ਦਲੀਪ ਕੁਮਾਰ ਇੰਡੀਆ ਦੇ ਵਿੱਚ ਇੱਕ ਵਾਹਦ ਅਦਾਕਾਰ ਸੀ ਜਿਹੜੇ ਉਹਨਾਂ ਨੂੰ ਸੁਣਨਾ ਵੀ ਚਾਹੁੰਦੇ ਸੀ ਔਰ ਉਹਨਾਂ ਨਾਲ ਪਿਆਰ ਮੁਹੱਬਤ ਦਾ ਇਜ਼ਹਾਰ ਵੀ ਬਹੁਤ ਜ਼ਿਆਦਾ ਕਰਦੇ ਹੁੰਦੇ ਸੀ। ਇੱਕ ਦਫ਼ਾ ਇਸੇ ਤਰ੍ਹਾਂ ਹੋਇਆ ਕਿ ਉੱਥੇ ਇੱਕ ਸ਼ਿਵ ਸੈਨਾ ਜਿਹੜੀ ਦਹਿਸ਼ਤਗਰਦ ਤਨਜ਼ੀਮ ਆ, ਉਹਨੇ ਨਾ ਇੱਕ ਮਹਿੰਦੀ ਹਸਨ ਦਾ ਪ੍ਰੋਗਰਾਮ ਸੀ, ਮਹਿਫਲ ਸੀ, ਉਹਨਾਂ ਨੇ ਧਮਕੀ ਦੇ ਦਿੱਤੀ। ਅਤੇ ਜਿਸ ਵੇਲੇ ਇਹਨਾਂ ਨੂੰ ਦਲੀਪ ਕੁਮਾਰ ਸਾਹਿਬ ਨੂੰ ਪਤਾ ਲੱਗਾ, ਇਹਨਾਂ ਨੇ ਉਸ ਵੇਲੇ ਜਿਹੜੇ ਬਾਲ ਠਾਕਰੇ ਸੀ ਉਹਨਾਂ ਨੂੰ ਮਿਲ ਕੇ ਉਹ ਧਮਕੀ ਜਿਹੜੀ ਸੀ ਸਾਰੀ ਵਾਪਸ ਕਰਵਾਈ ਔਰ ਫਿਰ ਉਹਨਾਂ ਨੇ ਫਿਰ ਸੌਰੀ ਵੀ ਕੀਤੀ। ਅਦਾਕਾਰ ਦਲੀਪ ਕੁਮਾਰ ਸਾਹਿਬ ਦੇ ਇੰਡੀਆ ਦੇ ਵਿੱਚ ਸਿਆਸਤ ਦੇ ਵਿੱਚ ਵੀ ਬਹੁਤ ਲੰਬੇ ਹੱਥ ਸੀ, ਉਹਨਾਂ ਦੇ ਬਹੁਤ ਜ਼ਿਆਦਾ ਤਲਕਾ ਸੀ ਕਿਉਂਕਿ ਲੋਕ ਉਹਨਾਂ ਨੂੰ ਚਾਹੁੰਦੇ ਵੀ ਬਹੁਤ ਸੀ। ਉਸ ਤੋਂ ਇਲਾਵਾ ਦਲੀਪ ਕੁਮਾਰ ਸਾਹਿਬ ਪਠਾਨ ਕਬੀਲੇ ਨਾਲ ਤਲਕ ਰੱਖਦੇ ਸੀ। ਉਹ ਦੱਸਦੇ ਨੇ ਕਿ ਮਹਿੰਦੀ ਹਸਨ ਸਾਹਿਬ ਸਾਡੇ ਮਹਿਮਾਨ ਨੇ, ਅਸੀਂ ਪਠਾਨ ਕਬੀਲੇ ਨਾਲ ਤਲਕ ਰੱਖਦੇ ਹਾਂ, ਅਸੀਂ ਇਹਨਾਂ ਦੀ ਹਿਫਾਜ਼ਤ ਕਰਨਾ ਵੀ ਜਾਣਦੇ ਹਾਂ। ਅਤੇ ਲੋਕ ਉਹਨਾਂ ਦੇ ਅਖਲਾਕ ਦੀ ਵਜ੍ਹਾ ਤੋਂ ਵੀ ਸਿਆਸਤ ਦੇ ਵਿੱਚ ਵੀ ਉਹਨਾਂ ਦਾ ਗਹਿਰਾ ਤਲਕ ਸੀ। ਇਸ ਤਰ੍ਹਾਂ ਫਿਰ ਉਹ ਜਿਹੜੀ ਧਮਕੀ ਸੀ ਵਾਪਸ ਕਰਵਾਈ ਅਤੇ ਉਸ ਤੋਂ ਬਾਅਦ ਫਿਰ ਸ਼ਹਿਨਸ਼ਾਹ ਗਜ਼ਲ ਜਿਹੜੇ ਸੀ ਮਹਿੰਦੀ ਹਸਨ ਸਾਹਿਬ 2012 ਦੇ ਵਿੱਚ ਫਿਰ ਜਿਸ ਵੇਲੇ ਫੌਤ ਹੋ ਜਾਂਦੇ ਨੇ, ਸਭ ਤੋਂ ਪਹਿਲਾਂ ਫਿਰ ਇਹਨਾਂ ਦੇ ਮਰਨੇ ਦੀ ਖਬਰ ਸਾਇਰਾ ਬਾਨੋ ਨੇ ਅਦਾਕਾਰ ਦਲੀਪ ਕੁਮਾਰ ਸਾਹਿਬ ਨੂੰ ਫੋਨ 'ਤੇ ਦਿੱਤੀ ਵੀ ਮਹਿੰਦੀ ਹਸਨ ਸਾਹਿਬ ਇਸ ਦੁਨੀਆ 'ਚ ਨਹੀਂ ਰਹੇ। ਅਤੇ ਦੱਸਦੇ ਨੇ ਕਿ ਦਲੀਪ ਕੁਮਾਰ ਸਾਹਿਬ ਫਿਰ ਬੜੇ ਰੋਏ, ਯਾਨੀ ਉਹਨਾਂ ਦੀਆਂ ਅੱਖਾਂ 'ਚੋਂ ਆਂਸੂ ਆ ਗਏ। ਉਸ ਤੋਂ ਇਲਾਵਾ ਜਿਸ ਵੇਲੇ ਇਹ ਬਿਮਾਰ ਹੋਏ ਸੀ ਨਾ ਮਹਿੰਦੀ ਹਸਨ ਸਾਹਿਬ, ਲਤਾ ਮੰਗੇਸ਼ਕਰ ਜੀ ਇਹਨਾਂ ਨੂੰ ਇੰਡੀਆ ਲੈ ਗਈਆਂ, ਫਿਰ ਇਹ ਦਲੀਪ ਕੁਮਾਰ ਸਾਹਿਬ ਵੀ ਕਹਿੰਦੇ ਨੇ ਕਿ ਅਗਰ ਮੈਨੂੰ ਮੌਕਾ ਮਿਲਦਾ ਤਾਂ ਮੈਂ ਇਹਨਾਂ ਦਾ ਇਲਾਜ ਜ਼ਰੂਰ ਇੰਡੀਆ ਕਰਾਉਂਦਾ, ਲੇਕਿਨ ਦੱਸਦੇ ਨੇ ਕਿ ਫਿਰ ਇਹ ਇੰਡੀਆ ਚਲੇ ਗਿਆ ਸੀ ਆਖਰੀ ਦਿਨਾਂ ਦੇ ਵਿੱਚ ਔਰ ਫਿਰ ਉੱਥੇ ਇਲਾਜ ਕਰਾਉਣ ਵਾਸਤੇ, ਲੇਕਿਨ ਇਹਨਾਂ ਨੂੰ ਕਰਾਚੀ ਦੇ ਵਿੱਚ 2012 ਦੇ ਵਿੱਚ ਦਫਨਾਇਆ ਗਿਆ। ਅੱਲਾਹ ਤਾਲਾ ਮਹਿੰਦੀ ਹਸਨ ਸਾਹਿਬ ਨੂੰ ਜੰਤਲ ਫਰਦੌਸ ਦੇ ਵਿੱਚ ਆਲਾ ਮੁਕਾਮ ਅਤਾ ਫਰਮਾਏ। ਜਿੰਨੇ ਵੀ ਜਿਹਦੇ ਰਿਸ਼ਤੇਦਾਰ ਅਜ਼ੀਜ਼ੋ ਘਰ ਫੌਤ ਹੋ ਗਏ ਨੇ, ਅੱਲਾਹ ਤਾਲਾ ਸਭ ਨੂੰ ਆਪਣੀ ਰਹਿਮਤ ਦੇ ਨਾਲ ਜੰਨਤ ਦੇ ਵਿੱਚ ਆਲਾ ਮੁਕਾਮ ਅਤਾ ਫਰਮਾਏ। ਅਸਲਾਮੁ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹ।